ਕੈਨੇਡਾ ਯੂਕੇ ਤੇ ਯੂਐਸਏ ਇਹਨਾਂ ਤਿੰਨਾਂ ਮੁਲਕਾਂ 'ਚ ਤੇ ਹੋਰ ਮੁਲਕਾਂ 'ਚ ਤੁਸੀਂ ਦੱਸਿਓ ਵਿਜ਼ਟਰ ਵੀਜ਼ਾ ਲੈਣਾ ਕਿੰਨਾ ਸੌਖਾ ਹੈ। ਗੱਲ ਕਰੀਏ ਕੈਨੇਡਾ ਦੀ ਤਾਂ ਕੈਨੇਡਾ ਦਾ ਹਮੇਸ਼ਾ ਹੀ ਚਾਹੇ ਜਿੰਨੇ ਮਰਜ਼ੀ ਵਿਵਾਦ ਹੋਗੇ ਚਾਹੇ ਜੋ ਮਰਜ਼ੀ ਹੋਗੇ ਤੁਸੀਂ ਵੀ ਦੇਖਦੇ ਰਹੇ ਹੋ ਵੀਜ਼ੇ ਡੇਲੀ ਆਣੇ ਹੀ ਆਣੇ ਸਟੂਡੈਂਟਸ ਤੋਂ ਕਿਤੇ ਨਾ ਕਿਤੇ ਮਨ ਮੈਨੂੰ ਲੱਗਦਾ ਕੈਨੇਡਾ ਸਰਕਾਰ ਦਾ ਅੱਕ ਚੁੱਕਿਆ ਇਸ ਸਮੇਂ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਅਵੋਇਡ ਕਰ ਰਹੇ ਠੀਕ ਹੈ ਔਰ ਇੱਥੇ ਵੀ ਇੰਡੀਆ ਦੇ ਵਿੱਚ ਸਟੂਡੈਂਟਸ ਨੇ ਹੁਣ ਕੈਨੇਡਾ ਨੂੰ ਅਵੋਇਡ ਕਰਨਾ ਸ਼ੁਰੂ ਕਰਦੇ ਕਿਉਂਕਿ ਕੋਸਟ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਹੈ। ਤੁਸੀਂ ਕਹਿੰਦੇ ਹੋ ਕੈਨੇਡਾ ਨੂੰ ਬੰਦੇ ਚਾਹੀਦੇ ਆ ਜੀ, ਉਹਨਾਂ ਦੀ ਇਕਨੋਮਿਕਲ ਗਰੋਥ ਖੜ ਜਾਏਗੀ ਜੀ, ਤੇ ਫਿਰ ਇੱਕ ਤਰ੍ਹਾਂ ਨਾਲ ਉਹ ਉੱਥੇ ਐਕਸਪੈਂਸਿਵ ਕਿਉਂ ਹੋ ਗਿਆ ਜਾਣਾ ਫਿਰ ਮੈਨ ਪਾਵਰ ਉੱਥੇ ਹੀ ਲੱਗ ਗਈ ਜਿੱਥੇ ਕਿ ਪਹਿਲੇ ਕੈਨੇਡੀਅਨਸ ਵੀ ਲੱਗੇ ਹੋਏ ਸੀ। ਕੈਨੇਡੀਅਨਸ ਉਹ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਤਰ੍ਹਾਂ ਅਸੀਂ ਬਾਰ ਬਾਰ ਐਗਜ਼ਾਮਪਲ ਲੈਂਦੇ ਕਿ ਅਸੀਂ ਬਾਹਰੋਂ ਬੰਦੇ ਬੁਲਾਉਂਦੇ ਹਾਂ ਉਹ ਕੰਮ ਕਰਨ ਲਈ ਜਿਹੜੇ ਅਸੀਂ ਪੰਜਾਬੀ ਨਹੀਂ ਕਰਦੇ। ਇੰਗਲੈਂਡ ਇੱਕ ਐਸਾ ਮੁਲਕ ਹੈ ਕੈਨੇਡਾ ਦੀ ਤਰ੍ਹਾਂ ਨਹੀਂ ਕਿ ਪੂਰੇ ਸਾਲ ਖੁੱਲਾ ਰਹੇਗਾ ਜਾਂ ਅਮਰੀਕਾ ਦੀ ਤਰ੍ਹਾਂ ਪੂਰੇ ਸਾਲ ਖੁੱਲਾ ਰਹੇਗਾ, ਟਾਈਮ ਬਾਉਂਡ ਹੈ, ਇਹ ਟਾਈਮ ਬਾਉਂਡ ਹੈ। ਇਹ ਅੱਜ ਦਾ ਸਮਾਂ ਹੈਗਾ ਜਿਹੜੇ ਆਉਣ ਵਾਲੇ 3 ਤੋਂ 4 ਮਹੀਨੇ। ਮੈਂ ਐਕਸਾਈਟਿਡ ਇਸ ਲਈ ਹਾਂ ਕਿਉਂਕਿ ਅੱਜ ਨਿਊਜ਼ੀਲੈਂਡ ਦਾ ਵੀਜ਼ਾ ਆਇਆ, ਉਹ ਸਾਨੂੰ ਪੂਰੀ ਉਮੀਦ ਸੀ ਨਿਊਜ਼ੀਲੈਂਡ ਦੀ ਸਟੱਡੀ ਹੈ ਦੁਨੀਆ ਦੇ ਵਿੱਚ ਮੰਨੀ ਹੋਈ ਹੈ, ਕੈਨੇਡਾ ਤੋਂ ਵੀ ਬੈਟਰ ਹੈਗੀ ਹੈ। ਸੋ ਸਟੂਡੈਂਟਸ ਲਈ ਤਾਂ ਆਲਵੇਜ਼ ਵੈਲਕਮ ਹੈ, ਲੇਕਿਨ ਉੱਥੇ ਗੱਲ ਹੈ ਕਿ ਉੱਥੇ ਤੁਹਾਨੂੰ ਕੈਨੇਡਾ ਦੀ ਤਰ੍ਹਾਂ ਐਡਮਿਸ਼ਨ ਨਹੀਂ ਮਿਲਣੀ ਕਿ ਬਈ ਚਲੋ ਜੀ ਸਾਢੇ 5 ਬੈਂਡ ਹੈਗੇ, ਸਾਢੇ 5 ਬੈਂਡ ਹੈਗੇ ਤਾਂ ਤੁਹਾਨੂੰ ਐਡਮਿਸ਼ਨ ਮਿਲ ਜਾਏਗੀ। ਉੱਥੇ ਹਾਈ ਸਕੋਰਿੰਗ ਚਾਹੀਦੀ ਹੈਗੀ ਹੈ, ਨਾਲੇ ਫੰਡਸ ਦਾ ਇੱਕ ਬਹੁਤ ਵੱਡਾ ਚੰਕ ਤੁਹਾਨੂੰ 40 ਲੱਖ ਰੁਪਏ ਚਾਹੀਦਾ। ਸੋ ਅੱਜ ਕੱਲ੍ਹ ਜਿਵੇਂ ਜਿਵੇਂ 2024 ਖਤਮ ਹੋਣ ਵੱਲ ਵੱਧ ਰਿਹਾ ਤੇ 2025 ਜਿਹੜਾ ਹੈਗਾ ਆਪਣਾ ਆਗਾਜ਼ ਕਰੇਗਾ, ਤਾਂ ਇਨਟੇਕਸ ਨੂੰ ਲੈ ਕੇ ਵੀ ਬੜਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਖਾਸ ਕਰ ਯੂਥ ਦੇ ਵਿੱਚ ਇੱਕ ਕਰਿਓਸਟੀ ਆ ਜਾਂਦੀ ਹੈ, ਉਤਸੁਕਤਾ ਆ ਜਾਂਦੀ ਹੈ ਕਿ ਆਪਾਂ ਕਿਸ ਤਰ੍ਹਾਂ ਦੀ ਤਿਆਰੀ ਕਰੀਏ ਕਿ ਆਪਾਂ ਛੇਤੀ ਵਿਦੇਸ਼ ਪਹੁੰਚੀਏ, ਆਪਾਂ ਸਟੱਡੀ ਵੀਜ਼ਾ ਲਈਏ, ਵਿਜ਼ਟਰ ਵੀਜ਼ਾ ਲਈਏ ਜਾਂ ਟੂਰਿਸਟ ਵੀਜ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਕੋਈ ਹੋਰ ਢੰਗ ਪੱਕੀ PR ਦਾ ਅਪਣਾਈਏ। ਸੋ ਕਿਹੜੇ ਕਿਹੜੇ ਮੁਲਕਾਂ ਦੇ ਵਿੱਚ ਅੱਜ ਕੱਲ੍ਹ ਸੌਖੇ ਜਿਹੜੇ ਹੈਗੇ ਆਪਾਂ ਵਿਜ਼ਟਰ ਵੀਜ਼ਾ ਪ੍ਰਾਪਤ ਕਰ ਸਕਦੇ ਹਾਂ, ਕੈਨੇਡਾ ਦੇ ਖਾਸ ਕਰ ਕੀ ਹੁਣ ਰੂਲ ਜਿਹੜਾ ਹੈਗੇ ਨੇ ਆ ਰਹੇ ਨੇ ਜਾਂ ਨਵੇਂ ਆਉਣਗੇ, ਇਸ 'ਤੇ ਚਰਚਾ ਕਰਾਂਗੇ। ਅਮਿਤ ਬੰਦੇਲਾ ਸਾਡੇ ਨਾਲ ਮੌਜੂਦ ਨੇ। ਬੰਦੇਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਸੋ ਬੰਦੇਲਾ ਸਾਹਿਬ ਜਿਵੇਂ ਹੁਣ 2024 ਖਤਮ ਹੋਣ ਵੱਲ ਵੱਧ ਰਿਹਾ, 2025 ਆ ਰਿਹਾ, ਇਨਟੇਕਸ ਦਾ ਬੜਾ ਇੱਕ ਕਹਿ ਲਓ ਹਟ ਜਾ ਇੱਕਦਮ ਆ ਜਾਏਗਾ। ਸੋ ਅੱਜ ਕੱਲ੍ਹ ਮੈਂ 3 ਮੁਲਕਾਂ ਦੀ ਗੱਲ ਕਰਾਂਗਾ, ਕੈਨੇਡਾ ਤੇ ਆਪਣਾ ਯੂਕੇ ਤੇ ਯੂਐਸਏ। ਬਿਲਕੁਲ, ਇਹਨਾਂ ਤਿੰਨਾਂ ਮੁਲਕਾਂ 'ਚ ਤੇ ਹੋਰ ਮੁਲਕਾਂ 'ਚ ਤੁਸੀਂ ਦੱਸਿਓ ਵਿਜ਼ਟਰ ਵੀਜ਼ਾ ਲੈਣਾ ਕਿੰਨਾ ਸੌਖਾ ਹੈ। ਦੇਖੋ 3 ਮੁਲਕਾਂ ਦੀ ਆਪਾਂ ਗੱਲ ਕਰ ਰਹੇ ਹਾਂ, ਲੇਕਿਨ ਉਸ ਤੋਂ ਇਲਾਵਾ ਮੈਨੂੰ ਇੱਕ ਜਿਹੜੀ ਅੱਜ ਹੀ ਅਸੀਂ ਵੀਡੀਓ ਕੀਤੀ ਔਰ ਬਹੁਤ ਵੀਜ਼ਾ ਵੀ ਆਇਆ, ਉਹ ਨਿਊਜ਼ੀਲੈਂਡ ਹੈ। ਅੱਛਾ, ਨਿਊਜ਼ੀਲੈਂਡ ਦਾ ਹੀ ਮੈਂ ਚਾਹਾਂਗੀ ਕਿ ਤੁਸੀਂ ਜ਼ਰੂਰ ਸਵਾਲ ਲਓ ਕਿਉਂਕਿ ਲੋਕਾਂ ਨੂੰ ਕਿਉਰਿਓਸਿਟੀ ਹੈ ਲੇਕਿਨ ਜ਼ਿਆਦਾ ਪਤਾ ਨਹੀਂ ਹੈ। ਠੀਕ ਹੈ, ਹੁਣ ਅਸੀਂ ਗੱਲ ਕਰੀਏ ਕੈਨੇਡਾ ਦੀ ਤਾਂ ਕੈਨੇਡਾ ਦਾ ਹਮੇਸ਼ਾ ਹੀ ਚਾਹੇ ਜਿੰਨੇ ਮਰਜ਼ੀ ਵਿਵਾਦ ਹੋ ਗਏ ਚਾਹੇ ਜੋ ਮਰਜ਼ੀ ਹੋ ਗਏ ਤੁਸੀਂ ਵੀ ਦੇਖਦੇ ਰਹੇ ਹੋ, ਵੀਜ਼ੇ ਡੇਲੀ ਆਣੇ ਹੀ ਆਣੇ। ਅੱਛਾ, ਫਿਲਹਾਲ ਦੇ ਵਿੱਚ, ਕਿਉਂਕਿ ਉਹਦਾ ਰੀਜ਼ਨ ਸਭ ਤੋਂ ਵੱਡਾ ਹੈ ਕਿ ਉਹਨਾਂ ਨੂੰ ਬੰਦੇ ਚਾਹੀਦੇ ਆ ਇਸ ਸਮੇਂ। ਸਟੂਡੈਂਟਸ ਤੋਂ ਕਿਤੇ ਨਾ ਕਿਤੇ ਮਨ ਮੈਨੂੰ ਲੱਗਦਾ ਕੈਨੇਡਾ ਸਰਕਾਰ ਦਾ ਅੱਕ ਚੁੱਕਿਆ। ਜਿਹੜੀ ਨੈਗੇਟਿਵਿਟੀ ਆਈ, ਜਿਹੜੇ ਧਰਨੇ ਲੱਗੇ, ਚਲੋ ਫਰੈਂਕਲੀ ਗੱਲ ਹੈ ਸਭ ਨੂੰ ਹਰ ਬੰਦੇ ਨੂੰ ਪਤਾ ਹੈਗਾ ਜਿਹੜੇ ਉੱਥੇ ਹਰਕਤਾਂ ਹੋਈਆਂ ਹੈਗੀਆਂ, ਤਾਂ ਉਹ ਇਸ ਸਮੇਂ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਅਵੋਇਡ ਕਰ ਰਹੇ। ਠੀਕ ਹੈ, ਔਰ ਇੱਥੇ ਵੀ ਇੰਡੀਆ ਦੇ ਵਿੱਚ ਸਟੂਡੈਂਟਸ ਨੇ ਹੁਣ ਕੈਨੇਡਾ ਨੂੰ ਅਵੋਇਡ ਕਰਨਾ ਸ਼ੁਰੂ ਕਰਦੇ ਕਿਉਂਕਿ ਕੋਸਟ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਹੈ। ਠੀਕ ਹੈ, ਹੁਣ ਗੱਲ ਸਾਰੀ ਇਹ ਹੈ ਕਿ ਕੈਨੇਡਾ ਨੂੰ ਬੰਦੇ ਤਾਂ ਚਾਹੀਦੇ ਆ, ਅਗਰ ਬੰਦੇ ਉੱਥੇ ਨਹੀਂ ਆਏਗਾ ਤਾਂ ਦੇਸ਼ ਇੱਕ ਕਿਸਮ ਦਾ ਰੁਕ ਜਾਏਗਾ। ਏਜਿੰਗ ਪਾਪੂਲੇਸ਼ਨ ਹੈ, ਪਾਪੂਲੇਸ਼ਨ ਘੱਟ ਹੈਗੀ ਹੈ, ਏਰੀਆ ਵੱਡਾ ਹੈਗਾ, ਤਾਂ ਓਬਵੀਅਸਲੀ ਚਾਹੀਦੇ ਆ ਬੰਦੇ। ਮੇਜਰ ਇਫੈਕਟ ਪਏਗਾ, ਹਾਂ ਮੇਜਰ ਇਫੈਕਟ ਪਏਗਾ, ਤੇ ਹੋਰ ਕਿਸੇ ਕੰਟਰੀ ਤੋਂ ਬੰਦੇ ਆ ਨਹੀਂ ਰਹੇ ਕੈਨੇਡਾ ਦੇ ਵਿੱਚ, ਕਿਉਂਕਿ ਕੈਨੇਡਾ ਅੱਜ ਦੇ ਸਮੇਂ ਦੇ ਵਿੱਚ ਆਪਣੀ ਗੁੱਡਵਿਲ ਕਿਤੇ ਨਾ ਕਿਤੇ ਅੱਛੇ ਕੰਟਰੀ ਜੇ ਅਸੀਂ ਯੂਰਪ ਲਈ, ਯੂਰਪ ਵਾਲੇ ਵੀ ਆਉਂਦੇ ਸੀ ਕੈਨੇਡਾ, ਉਹਨਾਂ ਲਈ ਕਿਤੇ ਨਾ ਕਿਤੇ ਆਪਣੀ ਗੁੱਡਵਿਲ ਖੋ ਚੁੱਕੇ। ਤੁਸੀਂ ਈਵਨ ਬਿਲੀਵ ਕਰੋਗੇ ਕਿ 80s 90s ਦੇ ਵਿੱਚ USA ਤੋਂ ਵੀ ਕੈਨੇਡਾ ਲੋਕ ਆਉਂਦੇ ਰਹੇ, ਉਹਦੇ ਵਿੱਚ ਇੰਨੀ ਓਪਰਚੁਨਿਟੀ ਸੀਗੀ। ਇੱਕ ਜ਼ਹਿਨ 'ਚ ਸਵਾਲ ਆ ਗਿਆ ਤੁਹਾਡੀ ਗੱਲਬਾਤ 'ਚੋਂ, ਤੁਸੀਂ ਕਹਿੰਦੇ ਹੋ ਕੈਨੇਡਾ ਨੂੰ ਬੰਦੇ ਚਾਹੀਦੇ ਆ, ਉਹਨਾਂ ਦੀ ਇਕਨੋਮਿਕਲ ਗਰੋਥ ਖੜ ਜਾਏਗੀ ਜੀ, ਤੇ ਫਿਰ ਇੱਕ ਤਰ੍ਹਾਂ ਨਾਲ ਉਹ ਉੱਥੇ ਐਕਸਪੈਂਸਿਵ ਕਿਉਂ ਹੋ ਗਿਆ ਜਾਣਾ ਫਿਰ? ਐਕਸਪੈਂਸਿਵ ਇਸ ਲਈ ਹੋ ਗਿਆ ਕਿਉਂਕਿ ਜਿਹੜੇ ਉੱਥੇ ਰਿਸੋਰਸ, ਦੇਖੋ ਕੈਨੇਡਾ ਦੇ ਵਿੱਚ ਨਾ ਰਿਸੋਰਸਿਸ ਬਹੁਤ ਜ਼ਿਆਦਾ ਹੈਗੇ, ਨੈਚੁਰਲ ਰਿਸੋਰਸ ਬਹੁਤ ਆ, ਲੇਕਿਨ ਉਹਨਾਂ ਨੈਚੁਰਲ ਰਿਸੋਰਸਿਸ ਤੇ ਕੰਮ ਕਰਨ ਵਾਲੇ ਬੰਦੇ ਨਹੀਂ ਆ। ਹੁਣ ਜਿਹੜਾ ਬੰਦਾ ਜਾਂਦਾ ਉਹ ਕਹਿੰਦਾ ਮੈਂ ਕੰਮ ਕਰਾਂ ਜਾ ਕੇ ਟੀਮ ਹੋਟਲ ਤੇ ਜਾਂ ਫਿਰ ਕਿਤੇ ਆਫਿਸ ਦੇ ਵਿੱਚ ਕੰਮ ਕਰਾਂ, ਤੇ ਹੁਣ ਜਿਹੜਾ ਕੈਨੇਡਾ ਪਾਲਿਸੀਜ਼ ਲੈ ਕੇ ਆ ਰਿਹਾ ਉਹ ਇਹੀ ਚੀਜ਼ ਦੀ ਪਾਲਿਸੀ ਲੈ ਕੇ ਆ ਰਿਹਾ ਕਿ ਹੁਣ ਬੰਦੇ ਜਿਹੜੇ ਇੱਕ ਜਗ੍ਹਾ ਟੋਰੰਟੋ ਦੇ ਵਿੱਚ ਇਕੱਠੇ ਹੋ ਗਏ ਉੱਥੋਂ ਮੂਵ ਹੋ ਕੇ ਖੇਤਾਂ ਦੇ ਵਿੱਚ ਕੰਮ ਕਰਨ, ਮਾਈਨਸ ਦੇ ਵਿੱਚ ਕੰਮ ਕਰਨ, ਔਰ ਇਹ ਚੀਜ਼ ਆਟੋਮੈਟਿਕਲੀ ਹੋਏਗੀ ਕਿਉਂਕਿ ਪਾਣੀ ਆਪਣਾ ਜਿਹੜਾ ਰਾਹ ਆਪਣੇ ਆਪ ਲੱਭ ਲੈਂਦਾ। ਹੁਣ ਜਦੋਂ ਲੋਕਾਂ ਨੂੰ ਉੱਥੇ ਕੁਛ ਨਹੀਂ ਮਿਲਣ, ਸਾਰੇ ਵਾਪਸ ਆ ਨਹੀਂ ਸਕਦੇ, ਨਵੇਂ ਵੀ ਜਾਣਗੇ ਹੀ ਜਾਣਗੇ, ਇੱਥੋਂ ਕਰੇਜ ਰੁਕ ਨਹੀਂ ਸਕਦਾ, ਤੇ ਉਸ ਤੋਂ ਬਾਅਦ ਧੀਰੇ ਧੀਰੇ ਇਹ ਜਿਹੜੇ ਸੈਕਟਰ ਹੈਗੇ ਆ ਐਕਸਪਲੋਰ ਹੋਣੇ ਸ਼ੁਰੂ ਹੋ ਜਾਣਗੇ। ਔਰ ਜਿਹੜਾ ਕੈਨੇਡਾ ਦਾ ਓਬਵੀਅਸਲੀ ਉਹਨਾਂ ਦੇ ਕੁਝ ਥਿੰਕਿੰਗ ਤਾਂ ਸੀਗੀ ਨਾ ਇਹਦੇ ਪਿੱਛੇ ਕਿ ਉਹਨਾਂ ਨੇ ਜਦੋਂ ਆਪਣੀ ਇੰਨੇ ਵੀਜ਼ੇ ਖੋਲਤੇ, ਕੋਈ ਉਹਨਾਂ ਦਾ ਉਹ ਤਾਂ ਹੋਏਗਾ ਨਾ, ਵੀਜ਼ਨ ਤਾਂ ਹੋਏਗਾ ਨਾ, ਉਹ ਵੀਜ਼ਨ ਇਹੀ ਸੀਗਾ ਕਿ ਆਪਾਂ ਜਿਹੜੇ ਅਨਐਕਸਪਲੋਰਡ ਸੈਕਟਰ ਹੈਗੇ ਸਾਡੇ, ਨੈਚੁਰਲ ਰਿਸੋਰਸਿਸ ਹੈਗੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਐਕਸਪਲੋਇਟ ਕੀਤਾ।
ਉਹ ਕੰਮ ਕਰਨ ਲਈ ਜਿਹੜੇ ਅਸੀਂ ਪੰਜਾਬੀ ਨਹੀਂ ਕਰਦੇ ਤਾਂ ਉਹਨਾਂ ਨੇ ਵੀ ਉਹੀ ਸੋਚ ਸੀਗੀ ਲੇਕਿਨ ਉਹਨਾਂ ਨੇ ਕੀ ਕੀਤਾ ਉਹ ਵੀ ਬਾਬੂ ਬਣ ਕੇ ਬੈਠ ਗਏ ਹੁਣ ਦੌਰ ਇਹ ਆਏਗਾ ਦੇਖਣਾ ਤੁਸੀਂ ਆਉਣ ਵਾਲੇ 4-5 ਮਹੀਨਿਆਂ ਦੇ ਵਿੱਚ ਕਿ ਜਦੋਂ ਲੋਕ ਖੇਤਾਂ ਦੇ ਵਿੱਚ ਵੀ ਕੰਮ ਕਰਦੇ ਦਿਖਾਈ ਦੇਣਗੇ ਮਾਈਨਸ ਦੇ ਵੀ ਕੰਮ ਕਰਦੇ ਦਿਖਾਈ ਦੇਣਗੇ ਔਰ ਮਸ਼ੀਨਾਂ ਨਾਲ ਵੀ ਕੰਮ ਕਰਦੇ ਦਿਖਾਈ ਦੇਣਗੇ ਹਾਰਡਵਰਕ ਜਿਹੜਾ ਆਪਾਂ ਕਹਿ ਲਈਏ ਹਾਰਡਵਰਕ ਬਿਲਕੁਲ ਅੱਛਾ ਇੱਕ ਬੜੀ ਅੱਜ ਕੱਲ ਇਹ ਵੀ ਗੱਲ ਉੱਠਦੀ ਪਈ ਹੈ ਖਬਰ ਬੜੀ ਚਰਚਾ ਜਾਂ ਕਹਿੰਦੇ ਆ ਬ੍ਰਿਟਿਸ਼ ਲੋਕਾਂ ਦਾ ਇਹ ਹਾਲ ਹੈ ਕਿ ਬ੍ਰਿਟਿਸ਼ 10 ਦਾ ਵਿੱਚੋਂ 6 ਨੇ ਜਿਹੜੇ ਕਿ ਮਾਈਗ੍ਰੈਂਟਸ ਨੂੰ ਜਾਂ ਇਮੀਗ੍ਰੈਂਟਸ ਨੂੰ ਪਸੰਦ ਨਹੀਂ ਕਰਦੇ ਜੀ ਜੀ ਤੇ ਇਹ ਇਹ ਚੀਜ਼ਾਂ ਵੀ ਫਰਕ ਪਾਉਂਦੀਆਂ ਉਹ ਹੇਟ ਜਿਹੜਾ ਕਰਦੇ ਆ ਇਹ ਚੀਜ਼ਾਂ ਦਾ ਨੈਚੁਰਲ ਹੈ ਹਾਂ ਇਹ ਚੀਜ਼ਾਂ ਦਾ ਮੈਂ ਕਹਿੰਦਾ ਇੱਕ ਜਿਹੜੀ ਸੰਸਾਰ ਦੇ ਵਿੱਚ ਇੱਕ ਬੁਰਾਈ ਹੈਗੀ ਹੈ ਇਹ ਤੁਸੀਂ ਬ੍ਰਿਟਿਸ਼ ਦੀ ਗੱਲ ਨਾ ਕਰੋ ਆਪਣੇ ਇੰਡੀਆ ਦੀ ਗੱਲ ਕਰੋ ਜਿਵੇਂ ਅਸੀਂ ਨਹੀਂ ਕਰਦੇ ਮਾਈਗ੍ਰੈਂਟ ਜਿਵੇਂ ਅਸੀਂ ਨਹੀਂ ਕਰਦੇ ਦੂਸਰੀ ਸਟੇਟ ਤੋਂ ਕੋਈ ਆ ਜਾਂਦਾ ਚਲੋ ਉਹਦੇ ਨਾਲ ਟੀਚਰ ਨਾਲ ਕਰਦਾ ਹੀ ਕਰਦਾ ਪੰਜਾਬੀ ਬੰਦਾ ਕਰਦਾ ਹੀ ਕਰਦਾ ਚਾਹੇ ਮੈਂ ਹਾਂ ਤੁਸੀਂ ਕੋਈ ਵੀ ਹੋਏ ਸੋ ਇਹੀ ਉਹਨਾਂ ਦਾ ਗੋਰਿਆਂ ਦਾ ਗੋਰਿਆਂ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਇਹ ਚੀਜ਼ ਸੋ ਇਹ ਇੱਕ ਨੈਚੁਰਲ ਹੈ ਹੁਣ ਇਹਦੇ ਤੇ ਵਰਕ ਜੇ ਉਹ ਕਰਨਗੇ ਕਿਉਂਕਿ ਰੇਸਿਜ਼ਮ ਤੇ ਵਰਕ ਹਮੇਸ਼ਾ ਕਰਦੇ ਰਹਿੰਦੇ ਸੋ ਧੀਰੇ ਧੀਰੇ ਬੁਰਾਈਆਂ ਜਾਣਗੀਆਂ ਲੇਕਿਨ ਇਹਦੇ ਵਿੱਚ ਇਹ ਨਹੀਂ ਹੈ ਕਿ ਸਾਡੇ ਅਗੇਂਸਟ ਹੈਗਾ ਉਹ ਤੇ ਅਸੀਂ ਪ੍ਰਵਾਸ ਕਰਨਾ ਅਸੀਂ ਬੰਦ ਕਰ ਦਾਂਗੇ ਪ੍ਰਵਾਸ ਜਾਰੀ ਰਹੇ ਜਿੱਦਾਂ ਮੰਦੇਲਾ ਜੀ ਕੈਨੇਡਾ ਦੇ ਵਿੱਚ ਸਖਤਾਈ ਹੋਗੀ ਯੂਕੇ ਚ ਹੋਰ ਮੁਲਕਾਂ ਚ ਵੀ ਕਹਿ ਲਓ ਸਖਤਾਈ ਹੋਗੀ ਜੀ ਜੀ ਨਿਊਜ਼ੀਲੈਂਡ ਕਿੰਨੀ ਅੱਛੀ ਆਪਸ਼ਨ ਹੈ ਦੇਖੋ ਨਿਊਜ਼ੀਲੈਂਡ ਮੈਂ ਕਹਿੰਦਾ ਇਸ ਸਮੇਂ ਅਗਰ ਅਸੀਂ ਐਜ਼ ਏ ਆਪਸ਼ਨ ਗੱਲ ਕਰੀਏ ਆਪਸ਼ਨ ਕੈਨੇਡਾ ਦੇ ਸਾਹਮਣੇ ਕਿਤੇ ਨਹੀਂ ਖੜਦੀ ਲੇਕਿਨ ਅੱਜ ਬਹੁਤ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਜਿਨ੍ਹਾਂ ਦੇ ਰਿਸ਼ਤੇਦਾਰ ਉੱਥੇ ਰਹਿੰਦੇ ਆ ਉਹ ਉਹਨਾਂ ਨੂੰ ਬੁਲਾਉਣਾ ਚਾਹੁੰਦੇ ਆ ਕਿਉਂਕਿ ਉਹ ਉੱਥੇ ਸੈਟਲ ਹੈ ਜੋ ਲੋਕ ਦੇਖੋ ਉੱਥੇ ਟਿਕਦਾ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ ਜਿਹਦੇ ਵਿੱਚ ਪਾਵਰ ਹੈਗੀ ਹੈ ਉੱਥੇ ਟਿਕਣ ਦੀ ਕਿਉਂਕਿ ਉਹ ਵੀ ਹਾਰਡ ਵਰਕਿੰਗ ਵਾਲਾ ਹੀ ਏਰੀਆ ਸਾਰਾ ਦਾ ਸਾਰਾ ਸੋ ਜਿਹੜੇ ਬੰਦੇ ਟਿਕ ਗਏ ਉਹਨਾਂ ਦੇ ਕੋਲ ਤਾਂ ਵਸਾਇਲ ਹੈਗੇ ਆ ਆਪਣੇ ਬੰਦਿਆਂ ਨੂੰ ਬੁਲਾਉਣਾ ਚਾਹੁੰਦੇ ਲੇਕਿਨ ਨਿਊਜ਼ੀਲੈਂਡ ਇੱਕ ਐਸਾ ਮੁਲਕ ਹੈ ਕੈਨੇਡਾ ਦੀ ਤਰ੍ਹਾਂ ਨਹੀਂ ਕਿ ਪੂਰੇ ਸਾਲ ਖੁੱਲਾ ਰਹੇਗਾ ਜਾਂ ਅਮਰੀਕਾ ਦੀ ਤਰ੍ਹਾਂ ਪੂਰੇ ਸਾਲ ਖੁੱਲਾ ਰਹੇਗਾ ਟਾਈਮ ਬਾਉਂਡ ਹੈ ਇਹ ਟਾਈਮ ਬਾਉਂਡ ਹੈ ਇਹ ਅੱਜ ਦਾ ਸਮਾਂ ਹੈਗਾ ਜਿਹੜੇ ਆਉਣ ਵਾਲੇ 3-4 ਮਹੀਨੇ ਮੈਂ ਐਕਸਾਈਟਿਡ ਇਸ ਲਈ ਹਾਂ ਕਿਉਂਕਿ ਅੱਜ ਨਿਊਜ਼ੀਲੈਂਡ ਦਾ ਵੀਜ਼ਾ ਆਇਆ ਔਰ ਸਾਨੂੰ ਪੂਰੀ ਉਮੀਦ ਸੀਗੀ ਔਰ ਹੁਣ ਆਉਣ ਵਾਲੇ ਕਿਹੜਾ ਕਿਹੜਾ ਵੀਜ਼ਾ ਆਇਆ ਉਹ ਵਿਜ਼ਟਰ ਵੀਜ਼ਾ ਹੈ ਵਿਜ਼ਟਰ ਵੀਜ਼ਾ ਹੈ ਸੋ ਵਿਜ਼ਟਰ ਔਰ ਟੂਰਿਸਟ ਦੋਨਾਂ ਲਈ ਨਿਊਜ਼ੀਲੈਂਡ ਆਉਣ ਵਾਲੇ 3-4 ਮਹੀਨੇ ਦੇ ਵਿੱਚ ਖੁੱਲਾ ਰਹੇਗਾ ਉਹਦੇ ਵਿੱਚ ਇਹ ਹੈ ਕਿ ਜਿਸ ਦਾ ਕੋਈ ਅਗਰ ਸਪਾਂਸਰ ਹੈਗਾ ਉਹਦੇ ਲਈ ਤਾਂ ਚੀਜ਼ਾਂ ਬਹੁਤ ਜ਼ਿਆਦਾ ਆਸਾਨ ਹੋ ਜਾਣਗੀਆਂ ਜੇ ਸਪਾਂਸਰ ਨਹੀਂ ਹੈਗਾ ਤਾਂ ਘੁੰਮਣ ਫਿਰਨ ਲਈ ਵੀ ਤੁਹਾਨੂੰ ਪਤਾ ਨਿਊਜ਼ੀਲੈਂਡ ਬਹੁਤ ਉੱਚੀ ਸ਼੍ਰੇਣੀ ਦੇ ਵਿੱਚ ਆਉਂਦਾ ਤਾਂ ਉਸ ਤੇ ਵੀ ਵੀਜ਼ਾ ਜਿਹੜਾ ਹੈ ਲਿੱਤਾ ਜਾ ਸਕਦਾ ਬਿਲਕੁਲ ਠੀਕ ਹੈ ਤੇ ਕੀ ਕਹਿੰਦੇ ਹੋ ਹੁਣ ਕੋਈ ਸਪੈਸ਼ਲੀ ਸਟੂਡੈਂਟ ਜਿਹੜੇ ਸਟੱਡੀ ਵੀਜ਼ੇ ਲਈ ਹੀ ਜਾਣਾ ਚਾਹੁੰਦੇ ਨੇ ਇਨਟੇਕਸ ਕੋਈ ਆ ਰਹੇ ਨੇ ਖਾਸ ਕਰ ਨਿਊਜ਼ੀਲੈਂਡ ਕਿੱਦਾਂ ਦੇ ਕਾਲਜ ਤੇ ਜਿਹੜੇ ਓਪਰਚੁਨਿਟੀ ਦੇ ਰਹੇ ਨੇ ਦੇਖੋ ਨਿਊਜ਼ੀਲੈਂਡ ਅਗਰ ਤੁਸੀਂ ਸਟੱਡੀ ਦੀ ਗੱਲ ਕਰੋ ਤਾਂ ਨਿਊਜ਼ੀਲੈਂਡ ਵਾਜ਼ ਵਨ ਆਫ ਦਾ ਫਸਟ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਕੈਨੇਡਾ ਤੋਂ ਪਹਿਲੇ ਆਸਟ੍ਰੇਲੀਆ ਤੋਂ ਪਹਿਲੇ ਵਨ ਆਫ ਦਾ ਫਸਟ ਔਰ ਵਨ ਆਫ ਦਾ ਬੈਸਟ ਵੀ ਕਹਿ ਸਕਦੇ ਕਿਉਂਕਿ ਨਿਊਜ਼ੀਲੈਂਡ ਦੀ ਸਟੱਡੀ ਹੈ ਦੁਨੀਆ ਦੇ ਵਿੱਚ ਮੰਨੀ ਹੋਈ ਹੈ ਕੈਨੇਡਾ ਤੋਂ ਵੀ ਬੈਟਰ ਹੈਗੀ ਹੈ ਸੋ ਸਟੂਡੈਂਟਸ ਲਈ ਤਾਂ ਆਲਵੇਜ਼ ਵੈਲਕਮ ਹੈ ਲੇਕਿਨ ਉੱਥੇ ਗੱਲ ਹੈ ਕਿ ਉੱਥੇ ਤੁਹਾਨੂੰ ਕੈਨੇਡਾ ਦੀ ਤਰ੍ਹਾਂ ਐਡਮਿਸ਼ਨ ਨਹੀਂ ਮਿਲਣੀ ਕਿ ਬਈ ਚਲੋ ਜੀ 5.5 ਬੈਂਡ ਹੈਗੇ 5.5 ਬੈਂਡ ਹੈਗੇ ਤਾਂ ਤੁਹਾਨੂੰ ਐਡਮਿਸ਼ਨ ਮਿਲ ਜਾਏਗੀ ਉੱਥੇ ਹਾਈ ਸਕੋਰਿੰਗ ਚਾਹੀਦੀ ਹੈਗੀ ਹੈ ਨਾਲੇ ਫੰਡਸ ਦਾ ਇੱਕ ਬਹੁਤ ਵੱਡਾ ਚੰਕ ਤੁਹਾਨੂੰ 40 ਲੱਖ ਰੁਪਏ ਚਾਹੀਦਾ ਉਹ ਜਿਹਦੇ ਕੋਲ ਹੈਗਾ ਕਰੀਮ ਉੱਥੇ ਕੁਝ ਐਂਕੀ ਪੈਂਕੀ ਨਹੀਂ ਹੋ ਸਕਦੀ ਐਂਕੀ ਪੈਂਕੀ ਚੀਜ਼ਾਂ ਨਹੀਂ ਚੱਲਦੀ ਕਿ ਪ੍ਰਾਈਵੇਟ ਕਾਲਜ ਚ ਲੈ ਲਿਆ ਜੀ ਇੰਨੀ ਫੀਸ ਬਾਅਦ ਚ ਦੇ ਦੇਣਾ ਇਹ ਉੱਥੇ ਇਹ ਚੀਜ਼ਾਂ ਨਹੀਂ ਚੱਲਦੀਆਂ ਜੇ ਤੁਹਾਡੇ ਦੇ ਤੁਹਾਡੀ ਸਟੱਡੀ ਦੇ ਵਿੱਚ ਜਾਣ ਹੈਗੀ ਤੁਹਾਡੇ ਫੰਡਸ ਦੇ ਵਿੱਚ ਜਾਣ ਹੈਗੇ ਤਾਂ ਹੀ ਤੁਹਾਨੂੰ ਔਨ ਮੈਰਿਟ ਆਪਾਂ ਕਹਿ ਸਕਦੇ ਹਾਂ ਔਨ ਮੈਰਿਟ ਬਹੁਤ ਜ਼ਿਆਦਾ ਫੰਡਸ ਦੀ ਵੀ ਬਹੁਤ ਜ਼ਿਆਦਾ ਜਾਂਚ ਹੁੰਦੀ ਹੈ ਠੀਕ ਹੈ ਉਹ ਵਿੱਚ ਇਹ ਨਹੀਂ ਕਿ ਤੁਸੀਂ ਕਿਸੇ ਤੋਂ ਫੰਡ ਉਧਾਰ ਲੈ ਲੇ ਪੁਰਾਣੇ ਫੰਡ ਚਾਹੀਦੇ ਹਾਂ 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 ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਨਿਊਜ਼ੀਲੈਂਡ ਦੀ ਸਰਕਾਰ ਚੈੱਕ ਕਰਦੀ ਥੋਰਲੀ ਮਤਲਬ ਇਸ ਚੀਜ਼ਾਂ ਨੂੰ ਚੈੱਕ ਕਰਦੀ ਹੈ ਪਰ ਅੱਛਾ ਆਪਾਂ ਇਹ ਕਰੀਏ ਜਦੋਂ ਇਹ ਯੂਕਰੇਨ ਤੇ ਰੂਸ ਦੀ ਜੰਗ ਨਹੀਂ ਸ਼ੁਰੂ ਹੋਈ ਸੀ ਹਾਲਾਂਕਿ ਹਾਲਾਤ ਉੱਤੇ ਬੜੇ ਉਹ ਨੇ ਹਰ ਬੰਦਾ ਖਾਸ ਕਰ ਕ੍ਰੋਸ ਦਾ ਆਪਾਂ ਪੈਨ ਇੰਡੀਆ ਕਹੀਏ ਹੋਰਲੇ ਮੁਲਕਾਂ 'ਚ ਕੋਈ ਜਿਹਨੇ ਡਾਕਟਰ ਬਣਨਾ ਉੱਧਰ ਭੱਜਦਾ ਸੀਗਾ ਯੂਕਰੇਨ ਵੱਲ ਜਿਹਨੇ ਮੈਡੀਕਲ ਲਾਈਨ 'ਚ ਜਾਣਾ ਹੁਣ ਹਾਲਾਤ ਕੀ ਨੇ ਜਾਂ ਹੁਣ ਉਸ ਤੋਂ ਇਲਾਵਾ ਕੋਈ ਬੈਸਟ ਓਪਰਚੁਨਿਟੀ ਕਿਹੜੀ ਹੈ ਹੁਣ ਤਾਂ ਇਸ ਸਮੇਂ ਦਾ ਜਿਹੜਾ ਚੱਲ ਰਿਹਾ ਟ੍ਰੈਂਡ ਉਹ ਰਸ਼ੀਆ ਵੱਲ ਹੀ ਚੱਲ ਰਿਹਾ ਰਸ਼ੀਆ ਦੇ ਵਿੱਚ ਸਟਿਲ ਬਹੁਤ ਸਾਰੇ ਸਟੂਡੈਂਟਸ ਡਾਕਟਰੀ ਦੀ ਪੜ੍ਹਾਈ ਕਰਨ ਜਾ ਰਹੇ ਯੂਕਰੇਨ ਦੇ ਵਿੱਚ ਤਾਂ ਹੁਣ ਹਾਲਾਤ ਨਹੀਂ ਰਹੇ ਉਧਰ ਲੇਕਿਨ ਰਸ਼ੀਆ ਦੇ ਵੱਲ ਹਾਲੇ ਵੀ ਲੋਕ ਕਾਫੀ ਸਾਰੇ ਜਾ ਰਹੇ ਔਰ ਜਿਹੜਾ ਮੈਡੀਕਲ ਦੀ ਪੜ੍ਹਾਈ ਕਰਨ ਜਾ ਰਹੇ ਉਹਨਾਂ ਤੋਂ ਮੈਂ ਇੱਕ ਚੀਜ਼ ਹੋਰ ਵੀ ਇਹ ਕਹਿਣਾ ਚਾਹਾਂਗਾ ਕਿ ਹੁਣ ਅੱਜ ਦੇ ਸਮੇਂ ਦੇ ਵਿੱਚ ਕੈਨੇਡਾ ਜਿਵੇਂ ਸਟੂਡੈਂਟਸ ਤੇ ਇੱਕ ਕਿਸਮ ਦੀ ਰੋਕ ਲਗਾਈ ਹੈ ਔਰ ਲਿਮਿਟਿਡ ਕਰਤਾ ਹੈ ਤਾਂ ਮੈਨੂੰ ਲੱਗਦਾ ਕਿ ਅਗਰ ਕੈਨੇਡਾ ਵੱਲੋਂ ਆਪਣੀ ਤਿਆਰੀ ਜ਼ਿਆਦਾ ਰੱਖਣ ਜਿਹੜੇ ਮੈਡੀਕਲ ਦੇ ਸਟੂਡੈਂਟਸ ਹੈਗੇ ਆ ਉੱਥੇ ਭਾਵੇਂ ਤੁਹਾਨੂੰ ਡਾਕਟਰੀ ਦਾ ਪੇਸ਼ਾ ਚਾਹੇ ਨਾ ਮਿਲ ਸਕੇ ਲੇਕਿਨ ਗ੍ਰੈਜੂਏਟ ਤੁਸੀਂ ਅੱਗੇ ਵਧੋਗੇ ਲੇਕਿਨ ਤੁਸੀਂ ਸਟਾਰਟ ਕੈਨੇਡਾ ਤੋਂ ਜਿਹੜੇ ਹੈਗੇ ਲੈ ਸਕਦੇ ਕਿਉਂਕਿ ਹੈਲਥ ਦੇ ਵਿੱਚ ਅੱਜ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਕੈਨੇਡਾ ਨੂੰ ਤਾਂ ਉੱਥੇ ਵੀ ਸਟੂਡੈਂਟਸ ਕੋਲ ਇੱਕ ਬੈਟਰ ਆਪਸ਼ਨ ਮੈਨੂੰ ਲੱਗਦਾ ਹੈਗਾ ਮਤਲਬ ਆਪਾਂ ਕੁੱਲ ਮਿਲਾ ਕੇ ਕਹੀਏ ਭਾਵੇਂ ਕੈਨੇਡਾ ਦੀ ਗੱਲ ਹੈ ਭਾਵੇਂ ਯੂਕੇ ਦੀ ਗੱਲ ਹੈ ਭਾਵੇਂ ਯੂਐਸਏ ਦੀ ਹੈ ਤਾਂ ਨਿਊਜ਼ੀਲੈਂਡ ਇੱਕ ਬੈਸਟ ਓਪਰਚੁਨਿਟੀ ਹੈਗਾ ਇਸ ਸਮੇਂ ਉਹਨੂੰ ਓਪਰਚੁਨਿਟੀ ਕਹਿ ਸਕਦੇ ਲਿਮਿਟਿਡ ਸਮੇਂ ਦਾ ਜਿਹੜਾ ਹੁੰਦਾ ਨਾ ਗੋਲਡਨ ਓਪਰਚੁਨਿਟੀ ਗੋਲਡਨ ਓਪਰਚੁਨਿਟੀ ਹੈਗੀ ਕਿਉਂਕਿ ਉਹ ਮੈਂ ਤੁਹਾਨੂੰ ਦੱਸਿਆ
एक बेस्ट अपरचुनिटी, बेस्ट तो उपर चल जाइए गोल्डन अपरचुनिटी या गोल्डन तो भी उपर चल जाइए डायमंड अपरचुनिटी के रूप के न्यूजीलैंड थोड़े सामने हैगा। पर हाँ कुछ हेर फेर नहीं होना, कोई उत्थे तुसी 19-21 भी नहीं कर सकते, चंगे फंड चाहिए है, कैलीबर चाहिए है, ऑन मैरिट चाहिए है। जे तुसी हो तां न्यूजीलैंड तुहाडे लई अमरीका वर्गा मुल्क हैगा, पर टाइम भी हैगा। ये नहीं कि साल 6 महीने जो मर्जी असी उठ के आ गए तो ला देंगे फाइलां बन जाएंगी, नहीं। ये जिहड़े 3 महीने चलते पे ने 80 to 90 दिनों के विचकार, तां विजिटर वीजा लैके तुसी एक अपना अच्छा करीयर आने वाले टाइम च उत्थे बना सकते हैं। सो ये न्यूजीलैंड बारे जानकारी दी बंदेला साहब, बहुत बहुत शुक्रिया। थैंक यू जी। होर नवीं ताज़िया अपडेट्स लई जुड़े रहो साडे नाल। हुण दिओ बलजीत मरवाहे नूं इजाजत, धन्नवाद।